ਚੰਡੀਗੜ੍ਹ ਦੇ ਸੈਕਟਰ 32 ਹਸਪੀਟਲ ਦੇ ਬਾਹਰ ਬੀਤੇ ਦਿਨਾਂ ਹੋਏ ਫਾਇਰਿੰਗ ਮਾਮਲੇ ਦੇ ਵਿੱਚ ਹੁਣ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ 2 ਲੋਕਾਂ ਨੂੰ ਕਾਬੂ ਕੀਤਾ ਗਿਆ, ਧੀਰਜ ਤੇ ਸੁਖਵਿੰਦਰ ਸਿੰਘ। ਹਾਲਾਂਕਿ ਇਹਨਾਂ ਦੀ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾਂ ਤੋਂ ਹੀ ਕ੍ਰਿਮੀਨਲ ਬੈਕਗ੍ਰਾਊਂਡ ਦੇ ਨੇ ਤੇ ਚੰਡੀਗੜ੍ਹ ਦੇ ਹੀ ਡੱਡੂ ਮਾਜਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਹੁਣ ਤੱਕ ਦੀ ਜਿਹੜੀ ਪੁਲਿਸ ਜਾਣਕਾਰੀ ਮੁਤਾਬਿਕ ਪੈਸੇ ਦੇ ਲੈਣ ਦੇਣ ਕਰਕੇ ਪਹਿਲਾਂ ਬਹਿਸਬਾਜ਼ੀ ਹੁੰਦੀ ਹੈ, ਉਸ ਤੋਂ ਬਾਅਦ ਉੱਥੇ ਬਿਲਕੁਲ ਕਿਉਂਕਿ ਟੈਕਸੀ ਸਟੈਂਡ ਹੈ ਹਸਪੀਟਲ ਦੇ ਬਾਹਰ, ਉਹ ਟੈਕਸੀ ਸਟੈਂਡ ਦਾ ਹੀ ਜਿਹਨੂੰ ਗੋਲੀ ਵੱਜੀ ਹੈ ਉੱਥੇ ਦਾ ਹੀ ਉੱਥੇ ਬੈਠਦਾ, ਉੱਥੇ ਦਾ ਰਹਿਣ ਵਾਲਾ, ਉਹਦੇ ਨਾਲ ਕੋਈ ਬਹਿਸ ਹੋਈ ਹੈ, ਪੈਸੇ ਨੂੰ ਲੈ ਕੇ ਪੈਸੇ ਮੰਗੇ ਜਾ ਰਹੇ ਸੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਜਦ ਉਹਨਾਂ ਨੇ ਨਾ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਕਰਨ ਤੋਂ ਬਾਅਦ ਦੋਵੇਂ ਜਿਹੜੇ ਐਕਿਊਜ਼ਡ ਹੈ ਉਹ ਉੱਥੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਜਿਹੜਾ ਵੈਪਨ ਇਹਨਾਂ ਨੇ ਯੂਜ਼ ਕੀਤਾ ਸੀਗਾ, ਦੇਸੀ ਕੱਟਾ ਜਿੰਦਾ ਕਾਰਤੂਸ, ਉਹ ਵੀ ਰਿਕਵਰ ਕਰਨ ਦੀ ਗੱਲ ਕੀਤੀ ਗਈ ਹੈ। ਲੇਕਿਨ ਬੜੇ ਬੇਖੌਫ ਤਰੀਕੇ ਦੇ ਨਾਲ ਇਹ ਉੱਥੇ ਪਹੁੰਚਦੇ ਹੈ, ਅਤੇ ਪੂਰੇ ਪਲੈਨਿੰਗ ਤਰੀਕੇ ਦੇ ਨਾਲ ਇਹਨਾਂ ਨੇ ਗੋਲੀ ਜਿਹੜੀ ਹੈਗੀ ਹੈ ਫਾਇਰਿੰਗ ਕੀਤੀ ਸੀ। 5 ਤੋਂ 6 ਫਾਇਰ ਕੀਤੇ ਸੀਗੇ ਜਿਹਦੇ ਵਿੱਚ 2 ਲੋਕਾਂ ਨੂੰ ਗੋਲੀ ਲੱਗੀ ਸੀ। ਦੱਸ ਦਈਏ ਕਿ ਇੱਕ ਦੇ ਹੱਥ ਦੇ ਵਿੱਚ ਗੋਲੀ ਲੱਗੀ ਸੀ ਅਤੇ ਇੱਕ ਦੇ ਗਰਦਨ ਦੇ ਵਿੱਚ ਗੋਲੀ ਲੱਗੀ ਸੀ। ਹਾਲਾਂਕਿ ਦੋਨੋਂ ਹੀ ਸਟੇਬਲ ਦੱਸੇ ਜਾ ਰਹੇ ਨੇ। ਲੇਕਿਨ ਇਹਨਾਂ ਦੇ ਜਿਹੜੇ ਐਕਿਊਜ਼ ਫੜੇ ਗਏ ਨੇ, ਇਹਨਾਂ ਦੀ ਪੁੱਛਗਿੱਛ 'ਚ ਕਈ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਇਹ ਪਹਿਲਾਂ ਨਸ਼ਾ ਤਸਕਰੀ ਜਾਂ ਹੋਰ ਵੀ ਜਿਹੜੇ ਕ੍ਰਿਮੀਨਲ ਬੈਕਗ੍ਰਾਊਂਡ 'ਚ ਸ਼ਾਮਿਲ ਨੇ, ਜਿਨ੍ਹਾਂ 'ਤੇ ਪਹਿਲਾਂ ਵੀ ਕੇਸ ਦਰਜ ਨੇ। ਚੰਡੀਗੜ੍ਹ ਦੇ ਸੈਕਟਰ 32 ਹਸਪੀਟਲ ਦੇ ਬਾਹਰ ਬੀਤੇ ਦਿਨਾਂ ਹੋਏ ਫਾਇਰਿੰਗ ਮਾਮਲੇ ਦੇ ਵਿੱਚ ਹੁਣ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ 2 ਲੋਕਾਂ ਨੂੰ ਕਾਬੂ ਕੀਤਾ ਗਿਆ, ਧੀਰਜ ਤੇ ਸੁਖਵਿੰਦਰ ਸਿੰਘ। ਹਾਲਾਂਕਿ ਇਹਨਾਂ ਦੀ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾਂ ਤੋਂ ਹੀ ਕ੍ਰਿਮੀਨਲ ਬੈਕਗ੍ਰਾਊਂਡ ਦੇ ਨੇ ਤੇ ਚੰਡੀਗੜ੍ਹ ਦੇ ਹੀ ਡੱਡੂ ਮਾਜਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਹੁਣ ਤੱਕ ਦੀ ਜਿਹੜੀ ਪੁਲਿਸ ਜਾਣਕਾਰੀ ਮੁਤਾਬਿਕ ਪੈਸੇ ਦੇ ਲੈਣ ਦੇਣ ਕਰਕੇ ਪਹਿਲਾਂ ਬਹਿਸਬਾਜ਼ੀ ਹੁੰਦੀ ਹੈ, ਉਸ ਤੋਂ ਬਾਅਦ ਉੱਥੇ ਬਿਲਕੁਲ ਕਿਉਂਕਿ ਟੈਕਸੀ ਸਟੈਂਡ ਹੈ ਹਸਪੀਟਲ ਦੇ ਬਾਹਰ, ਉਹ ਟੈਕਸੀ ਸਟੈਂਡ ਦਾ ਹੀ ਜਿਹਨੂੰ ਗੋਲੀ ਵੱਜੀ ਹੈ ਉੱਥੇ ਦਾ ਹੀ ਉੱਥੇ ਬੈਠਦਾ, ਉੱਥੇ ਦਾ ਰਹਿਣ ਵਾਲਾ, ਉਹਦੇ ਨਾਲ ਕੋਈ ਬਹਿਸ ਹੋਈ ਹੈ, ਪੈਸੇ ਨੂੰ ਲੈ ਕੇ ਪੈਸੇ ਮੰਗੇ ਜਾ ਰਹੇ ਸੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਜਦ ਉਹਨਾਂ ਨੇ ਨਾ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਕਰਨ ਤੋਂ ਬਾਅਦ ਦੋਵੇਂ ਜਿਹੜੇ ਐਕਿਊਜ਼ਡ ਹੈ ਉਹ ਉੱਥੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਜਿਹੜਾ ਵੈਪਨ ਇਹਨਾਂ ਨੇ ਯੂਜ਼ ਕੀਤਾ ਸੀਗਾ, ਦੇਸੀ ਕੱਟਾ ਜਿੰਦਾ ਕਾਰਤੂਸ, ਉਹ ਵੀ ਰਿਕਵਰ ਕਰਨ ਦੀ ਗੱਲ ਕੀਤੀ ਗਈ ਹੈ। ਲੇਕਿਨ ਬੜੇ ਬੇਖੌਫ ਤਰੀਕੇ ਦੇ ਨਾਲ ਇਹ ਉੱਥੇ ਪਹੁੰਚਦੇ ਹੈ, ਅਤੇ ਪੂਰੇ ਪਲੈਨਿੰਗ ਤਰੀਕੇ ਦੇ ਨਾਲ ਇਹਨਾਂ ਨੇ ਗੋਲੀ ਜਿਹੜੀ ਹੈਗੀ ਹੈ ਫਾਇਰਿੰਗ ਕੀਤੀ ਸੀ। 5 ਤੋਂ 6 ਫਾਇਰ ਕੀਤੇ ਸੀਗੇ ਜਿਹਦੇ ਵਿੱਚ 2 ਲੋਕਾਂ ਨੂੰ ਗੋਲੀ ਲੱਗੀ ਸੀ। ਦੱਸ ਦਈਏ ਕਿ ਇੱਕ ਦੇ ਹੱਥ ਦੇ ਵਿੱਚ ਗੋਲੀ ਲੱਗੀ ਸੀ ਅਤੇ ਇੱਕ ਦੇ ਗਰਦਨ ਦੇ ਵਿੱਚ ਗੋਲੀ ਲੱਗੀ ਸੀ। ਹਾਲਾਂਕਿ ਦੋਨੋਂ ਹੀ ਸਟੇਬਲ ਦੱਸੇ ਜਾ ਰਹੇ ਨੇ। ਲੇਕਿਨ ਇਹਨਾਂ ਦੇ ਜਿਹੜੇ ਐਕਿਊਜ਼ ਫੜੇ ਗਏ ਨੇ, ਇਹਨਾਂ ਦੀ ਪੁੱਛਗਿੱਛ 'ਚ ਕਈ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਇਹ ਪਹਿਲਾਂ ਨਸ਼ਾ ਤਸਕਰੀ ਜਾਂ ਹੋਰ ਵੀ ਜਿਹੜੇ ਕ੍ਰਿਮੀਨਲ ਬੈਕਗ੍ਰਾਊਂਡ 'ਚ ਸ਼ਾਮਿਲ ਨੇ, ਜਿਨ੍ਹਾਂ 'ਤੇ ਪਹਿਲਾਂ ਵੀ ਕੇਸ ਦਰਜ ਨੇ। ਚੰਡੀਗੜ੍ਹ ਦੇ ਸੈਕਟਰ 32 ਹਸਪੀਟਲ ਦੇ ਬਾਹਰ ਬੀਤੇ ਦਿਨਾਂ ਹੋਏ ਫਾਇਰਿੰਗ ਮਾਮਲੇ ਦੇ ਵਿੱਚ ਹੁਣ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ 2 ਲੋਕਾਂ ਨੂੰ ਕਾਬੂ ਕੀਤਾ ਗਿਆ, ਧੀਰਜ ਤੇ ਸੁਖਵਿੰਦਰ ਸਿੰਘ। ਹਾਲਾਂਕਿ ਇਹਨਾਂ ਦੀ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾਂ ਤੋਂ ਹੀ ਕ੍ਰਿਮੀਨਲ ਬੈਕਗ੍ਰਾਊਂਡ ਦੇ ਨੇ ਤੇ ਚੰਡੀਗੜ੍ਹ ਦੇ ਹੀ ਡੱਡੂ ਮਾਜਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਹੁਣ ਤੱਕ ਦੀ ਜਿਹੜੀ ਪੁਲਿਸ ਜਾਣਕਾਰੀ ਮੁਤਾਬਿਕ ਪੈਸੇ ਦੇ ਲੈਣ ਦੇਣ ਕਰਕੇ ਪਹਿਲਾਂ ਬਹਿਸਬਾਜ਼ੀ ਹੁੰਦੀ ਹੈ, ਉਸ ਤੋਂ ਬਾਅਦ ਉੱਥੇ ਬਿਲਕੁਲ ਕਿਉਂਕਿ ਟੈਕਸੀ ਸਟੈਂਡ ਹੈ ਹਸਪੀਟਲ ਦੇ ਬਾਹਰ, ਉਹ ਟੈਕਸੀ ਸਟੈਂਡ ਦਾ ਹੀ ਜਿਹਨੂੰ ਗੋਲੀ ਵੱਜੀ ਹੈ ਉੱਥੇ ਦਾ ਹੀ ਉੱਥੇ ਬੈਠਦਾ, ਉੱਥੇ ਦਾ ਰਹਿਣ ਵਾਲਾ, ਉਹਦੇ ਨਾਲ ਕੋਈ ਬਹਿਸ ਹੋਈ ਹੈ, ਪੈਸੇ ਨੂੰ ਲੈ ਕੇ ਪੈਸੇ ਮੰਗੇ ਜਾ ਰਹੇ ਸੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਜਦ ਉਹਨਾਂ ਨੇ ਨਾ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਕਰਨ ਤੋਂ ਬਾਅਦ ਦੋਵੇਂ ਜਿਹੜੇ ਐਕਿਊਜ਼ਡ ਹੈ ਉਹ ਉੱਥੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਜਿਹੜਾ ਵੈਪਨ ਇਹਨਾਂ ਨੇ ਯੂਜ਼ ਕੀਤਾ ਸੀਗਾ, ਦੇਸੀ ਕੱਟਾ ਜਿੰਦਾ ਕਾਰਤੂਸ, ਉਹ ਵੀ ਰਿਕਵਰ ਕਰਨ ਦੀ ਗੱਲ ਕੀਤੀ ਗਈ ਹੈ। ਲੇਕਿਨ ਬੜੇ ਬੇਖੌਫ ਤਰੀਕੇ ਦੇ ਨਾਲ ਇਹ ਉੱਥੇ ਪਹੁੰਚਦੇ ਹੈ, ਅਤੇ ਪੂਰੇ ਪਲੈਨਿੰਗ ਤਰੀਕੇ ਦੇ ਨਾਲ ਇਹਨਾਂ ਨੇ ਗੋਲੀ ਜਿਹੜੀ ਹੈਗੀ ਹੈ ਫਾਇਰਿੰਗ ਕੀਤੀ ਸੀ।
5 ਤੋਂ 6 ਫਾਇਰ ਕੀਤੇ ਸੀਗੇ, ਜਿਹਦੇ ਵਿੱਚ 2 ਲੋਕਾਂ ਨੂੰ ਗੋਲੀ ਲੱਗੀ ਸੀ। ਦੱਸ ਦਈਏ ਕਿ ਇੱਕ ਦੇ ਹੱਥ ਦੇ ਵਿੱਚ ਗੋਲੀ ਲੱਗੀ ਸੀ ਅਤੇ ਇੱਕ ਦੇ ਗਰਦਨ ਦੇ ਵਿੱਚ ਗੋਲੀ ਲੱਗੀ ਸੀ, ਹਾਲਾਂਕਿ ਦੋਨੋਂ ਹੀ ਸਟੇਬਲ ਦੱਸੇ ਜਾ ਰਹੇ ਨੇ। ਲੇਕਿਨ ਇਹਨਾਂ ਦੇ ਜਿਹੜੇ ਅਕਿਊਜ਼ ਫੜੇ ਗਏ ਨੇ, ਇਹਨਾਂ ਦੀ ਪੁੱਛਗਿੱਛ 'ਚ ਕਈ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਇਹ ਪਹਿਲਾਂ ਨਸ਼ਾ ਤਸਕਰੀ ਜਾਂ ਹੋਰ ਵੀ ਜਿਹੜੇ ਕ੍ਰਿਮੀਨਲ ਬੈਕਗਰਾਊਂਡ 'ਚ ਸ਼ਾਮਿਲ ਨੇ, ਜਿਨ੍ਹਾਂ 'ਤੇ ਪਹਿਲਾਂ ਵੀ ਕੇਸ ਦਰਜ ਨੇ।